ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਤੁਹਾਡਾ ਵੀਰ ਜ਼ਾਹਿਰ ਸਿੰਧੂ ਅਤੇ ਤੁਸੀਂ ਦੇਖ ਰਹੇ ਹੋ ਸੀ ਪੰਜਾਬ। ਨਾਜ਼ਰੀਨ, ਜਿੱਦਾਂ ਕਿ ਅਸੀਂ ਪਾਰਟੀਸ਼ਨ ਦੀ ਸਟੋਰੀ ਲੈ ਕੇ ਆਉਂਦੇ ਹਾਂ, ਅਤੇ ਅੱਜ ਸਾਡੇ ਨਾਲ ਇੱਕ ਬਜ਼ੁਰਗ ਨੇ ਜਿਨ੍ਹਾਂ ਦੀ ਬੜੀ ਹੀ ਦਰਦਨਾਕ ਸਟੋਰੀ ਹੈ। ਇਹਨਾਂ ਦੇ ਖਾਨਦਾਨ ਦੇ ਕਾਫੀ ਅਫਰਾਦ ਜਿਹੜੇ ਸੀ ਸੰਨ 1947 ਦੀ ਪਾਰਟੀਸ਼ਨ ਦੇ ਵਿੱਚ ਕਤਲ ਕਰ ਦਿੱਤੇ ਗਏ, ਅਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਉਹ ਅਸੀਂ ਬਜ਼ੁਰਗਾਂ ਨਾਲ ਕਰਦੇ ਹਾਂ। ਅਸਲਾਮ ਅਲੈਕੁਮ ਬਾਬਾ ਜੀ, ਕੀ ਨਾਂ ਤੁਹਾਡਾ? ਤੁਹਾਡੇ ਵਾਲਦ ਦਾ ਕੀ ਨਾਂ? ਖਾਨ ਮਹਿਮੂਦ। ਉਹਨਾਂ ਦੇ ਵਾਲਦਾਂ ਦਾ ਨਾਂ ਤੁਹਾਨੂੰ ਆਉਂਦਾ ਜਾਂ ਯਾਦ ਨਹੀਂ ਆਇਆ? ਤੁਹਾਡੇ ਦਾਦੇ ਦਾ ਨਹੀਂ ਯਾਦ? ਅੱਛਾ, ਕਿਹੜੀ ਕੌਮ ਨਾਲ ਤਲਕ ਤੁਹਾਡਾ? ਕੌਮ ਕਿਹੜੀ ਹੈ ਤੁਹਾਡੀ? ਕੀ ਕੌਮ ਆ? ਰਾਜਪੂਤ। ਰਾਜਪੂਤ। ਅੱਛਾ, ਇਹ ਦੱਸੋ ਇੰਡੀਆ ਦੇ ਵਿੱਚ ਤੁਸੀਂ ਕਿਹੜੇ ਪਿੰਡ ਚ ਰਹਿੰਦੇ ਸੀ? ਬਲਗਰਾਮ। ਤੇ ਤਹਿਸੀਲ ਕਿਹੜੀ ਸੀ? ਮਲੋਹ। ਜ਼ਿਲ੍ਹਾ ਯਾਦ? ਨਾਭਾ। ਅੱਛਾ, ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਸੀ ਉਹਦੇ ਕੋਲ ਕੋਲ ਕਿਹੜੇ ਕਿਹੜੇ ਪਿੰਡ ਸੀ? ਜੀ ਜੀ, ਜਿਹੜੇ ਤੁਹਾਨੂੰ ਯਾਦ ਹੋਣ। ਸਿੱਖਾਂ ਦੇ ਪਿੰਡ ਸੀ ਉਹ। ਹਾਂ, ਕੀ ਨਾਂ ਕੋਈ ਯਾਦ ਆ? ਚੰਨਾ ਜੀ, ਸਾਰੋਂ ਦੀ, ਬਾਲੀਆਂ ਦੀ, ਨਵਾਂ ਪਿੰਡ ਸੀ। ਅੱਛਾ ਅੱਛਾ, ਬਜ਼ੁਰਗੋ ਇਹ ਦੱਸੋ ਜਿਹੜੇ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਸੀ ਉਸ ਪਿੰਡ ਦੇ ਵਿੱਚ ਸਾਰੇ ਮੁਸਲਮਾਨ ਰਹਿੰਦੇ ਸੀ ਜਾਂ ਕੋਈ ਸਿੱਖ ਹਿੰਦੂ ਵੀ ਰਹਿੰਦੇ ਸੀ? ਮੁਸਲਮਾਨ। ਮੁਸਲਮਾਨਾਂ ਦਾ ਪਿੰਡ ਸੀ? ਹਾਂ। ਅੱਛਾ, ਦੋ ਘਰ ਬਾਹਮਣਾਂ ਦੇ ਸੀ। ਬਾਹਮਣਾਂ ਦੇ। ਅੱਛਾ ਅੱਛਾ, ਇਹ ਦੱਸੋ ਇੰਡੀਆ ਦੇ ਵਿੱਚ ਜਿਹੜਾ ਤੁਹਾਡਾ ਘਰ ਸੀ ਤੇ ਪਿੰਡ ਤੁਹਾਡਾ ਸੀ, ਉੱਥੇ ਮਸ਼ਹੂਰ ਕੀ ਚੀਜ਼ ਸੀ ਪਿੰਡ ਦੀ? ਜ਼ਿਆਦਾ ਸਕੂਲ ਸੀ, ਕੋਈ ਨਹਿਰ ਨਾਲ? ਸਕੂਲ ਹੈਗਾ ਜੀ, ਪਰ ਨਹਿਰ ਸੀ। ਅੱਛਾ, ਨਹਿਰ ਚੱਲਦੀ ਸੀ। ਤੇ ਉਦੋਂ ਪਿੰਡ ਦੇ ਵਿੱਚ ਪੱਕੀ ਜਾਂਦੀ ਹੁੰਦੀ ਸੀ ਜਾਂ ਕੱਚਾ ਹੀ ਸੀ ਰਸਤਾ ਸ਼ਹਿਰ ਨੂੰ ਜਦੋਂ ਜਾਂਦੇ ਸੀ? ਕੱਚਾ। ਕੱਚਾ ਸੀ। ਤੇ ਸ਼ਹਿਰ ਨੂੰ ਕਿਸ ਤਰ੍ਹਾਂ ਜਾਂਦੇ ਹੁੰਦੇ ਸੀ ਉਦੋਂ? ਮਤਲਬ ਸਾਈਕਲ, ਮੋਟਰਸਾਈਕਲ ਤਾਂ ਨਹੀਂ ਸੀ ਹੁੰਦੇ? ਪੈਦਲ। ਪੈਦਲ ਪੈਦਲ ਜਾਂਦੇ ਸੀ। ਅੱਛਾ, ਸਟੇਸ਼ਨ ਨੇੜੇ ਕੋਈ ਲੱਗਦਾ ਸੀ? ਗੱਡੀ ਦਾ ਲੱਗਦਾ ਜੀ, ਇੱਕ ਮੀਲ ਸੀ। ਉਹਦਾ ਨਾਂ ਕੀ ਸੀ? ਦੇਖ ਲਾ। ਅੱਛਾ ਅੱਛਾ ਅੱਛਾ, ਬਜ਼ੁਰਗ ਇਹ ਦੱਸੋ ਤੁਹਾਡੇ ਜਿਹੜਾ ਪਿੰਡ ਦੇ ਨੰਬਰਦਾਰ ਦਾ ਕੋਈ ਨਾਂ ਯਾਦ ਹੈ ਜਾਂ ਵਡੇਰਾ ਬੰਦਾ ਜਿਵੇਂ ਆਪਣੇ ਇੱਥੇ? ਇਬਰਾਹਿਮ ਜੀ, ਨੰਬਰਦਾਰ। ਅੱਛਾ, ਤੇ ਮਤਲਬ ਕੋਈ ਪਰੇ ਪੰਚਾਇਤ ਹੁੰਦੀ ਸੀ ਉਹ ਮਤਲਬ ਸਾਲ ਉਹਨੂੰ ਹੱਲ ਕਰਦਾ ਸੀ ਨੰਬਰਦਾਰ? ਅੱਛਾ ਅੱਛਾ, ਇਹ ਦੱਸੋ ਤੁਸੀਂ ਫਿਰ ਤੁਹਾਨੂੰ ਕਿੱਦਾਂ ਪਤਾ ਚੱਲਿਆ ਸੀ ਕਿ ਹੁਣ ਜਿਹੜਾ ਹੈ ਉਹ ਪਾਕਿਸਤਾਨ ਬਣ ਗਿਆ ਤੇ ਹੁਣ ਆਪਾਂ ਪਾਕਿਸਤਾਨ ਜਾਣਾ? ਉਹ ਜੀ ਮਰਨ ਲੱਗ ਗਏ। ਅੱਛਾ, ਫੂਕ ਤਾਂ ਫਿਰ ਲੋਕ ਬਚ ਬਚ ਗਏ, ਕੋਈ ਕਿਤੇ ਵੱਗ ਗਿਆ, ਕੋਈ ਕਿਤੇ ਵੱਗ ਗਿਆ। ਅੱਛਾ ਹਾਂ, ਜੇ ਪਤਾ ਹੁੰਦਾ ਪਹਿਲੀ ਨਾਲ ਲੋਕ ਆ ਜਾਂਦੇ। ਅੱਛਾ ਲੈ, ਉਹ ਕਹਿੰਦੇ ਸਾਨੂੰ ਕੌਣ ਲਿਆਊਗਾ ਉਹ। ਅੱਛਾ ਬਜ਼ੁਰਗ, ਇਹ ਦੱਸੋ ਤੁਸੀਂ ਇੰਟਰਵਿਊ ਤੋਂ ਪਹਿਲਾਂ ਦੱਸਿਆ ਵੀ ਤੁਹਾਡੀ ਮਤਲਬ ਫੈਮਿਲੀ ਦੇ ਕੁਛ ਲੋਕ ਜਿਹੜੇ ਸੀ ਉੱਥੇ ਕਤਲ ਕਰ ਦਿੱਤੇ ਗਏ, ਤੁਹਾਡੇ ਵਾਲਦੈਨ ਵੀ ਨਹੀਂ ਆਏ, ਸ਼ਹੀਦ ਮਤਲਬ ਹੋ ਗਏ, ਤੇ ਇਹ ਦੱਸੋ ਕਿ ਤੁਹਾਡੇ ਤੇ ਵੀ ਉਹਨਾਂ ਨੇ ਹਮਲਾ ਕੀਤਾ ਸੀ? ਹਾਂ, 4 ਵਜੇ। ਅੱਛਾ, ਫਿਰ ਤੁਸੀਂ ਲੁਕੇ ਕਿਤੇ ਜਾ ਕੇ? ਮੱਕੀਆਂ ਮੁੱਕੀਆਂ ਵੜ ਗਏ। ਅੱਛਾ, ਜਿਵੇਂ ਉਰੇ ਹਮਲਾ ਹੋ ਜਾਵੇ। ਹਾਂ, ਯਾਰ ਫਸਲਾਂ ਵੜ ਗਏ ਹੌਲੀ ਹੌਲੀ। ਅੱਛਾ ਅੱਛਾ
ਅੱਛਾ, ਇਹ ਤੁਹਾਡੇ ਜਿਹੜਾ ਹੈ, ਤੁਸੀਂ ਦੱਸ ਰਹੇ ਸੀ ਇੱਥੇ ਤੁਹਾਡੇ ਹਜੇ ਵੀ ਨਿਸ਼ਾਨ ਹੈ, ਕੀ ਸ਼ੈ ਮਾਰੀ ਸੀ ਉਹਨਾਂ ਨੇ? ਉਹ ਇੱਕ ਵਰਛਾ ਹੁੰਦਾ। ਅੱਛਾ, ਮਾਰ ਕੇ? ਹਾਂ, ਉਹਨਾਂ ਮਾਰ ਕੇ ਗਿਰ ਗਏ। ਹਾਂ, ਇਦਾਂ ਕਰਦੇ ਵੀ ਉੱਪਰੋਂ ਮੈਂ ਪੱਟੀ ਵਾਲੀ ਪਾੜ ਕੇ ਉੱਪਰ ਵੀ ਬਸ ਅੱਲਾ ਨੇ ਆਰਾਮ ਆ ਗਈ। ਅੱਛਾ, ਉਹ ਜਦੋਂ ਤੁਹਾਨੂੰ ਮਤਲਬ ਮਾਰ ਕੇ, ਉਹਨਾਂ ਦੇ ਮੁਤਾਬਕ ਤਾਂ ਇਹ ਸੀ ਕਿ ਅਸੀਂ ਮਾਰ ਦਿੱਤਾ ਹੈ। ਹਾਂ, ਮਾਰ। ਤੇ ਫਿਰ ਤੁਸੀਂ ਕਿਹਦੇ ਨਾਲ ਰਲ ਕੇ ਆਏ ਬਾਅਦ ਚ? ਇੱਕ ਸਿਆਣਾ ਜਿਹਾ ਬੰਦਾ ਜੀ, ਉਹਦੇ ਗੱਲ ਹੌਲੀ 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 ਗਏ। ਅੱਛਾ, ਉਹ ਤੁਹਾਨੂੰ ਲੈ ਆਇਆ ਫਿਰ? ਹਾਂ, ਉੱਥੇ ਕੰਪ ਚ ਬਾਹਰ। ਫਿਰ ਤੁਸੀਂ ਜਦੋਂ ਪਾਕਿਸਤਾਨ ਪਹੁੰਚ ਗਏ, ਪਹਿਲਾਂ ਕਿਹੜੀ ਜਗ੍ਹਾ ਤੇ ਆਏ ਸੀ? ਪਹਿਲਾਂ? ਹਾਂਜੀ, ਇੰਡੀਆ ਤੋਂ। ਇੰਡੀਆ ਤੋਂ ਪਹਿਲਾਂ ਜੀ ਆਏ ਜੀ, ਉੱਥੇ ਮੇਰੀ ਗੁੱਪੀ ਸੀ। ਇੱਥੇ ਮਜ਼ੇ ਵਾਲਾ ਸੀ ਹਫਸਾਬਾਦ। ਅੱਛਾ, ਫਿਰ ਮੇਰੇ ਮਾਮੇ ਨੂੰ ਪਤਾ ਲੱਗ ਗਿਆ। ਉਹ ਰੰਗਪੁਰ ਬੈਠੇ ਸੀ, ਮੇਰੇ ਮਾਮੇ ਨੇ ਜਾ ਕੇ ਮੈਨੂੰ ਲਿਆਂਦਾ। ਅੱਛਾ, ਨਿੱਕਾ ਸੀ ਤੁਹਾਡਾ ਜਿਹੜਾ ਖਾਨਦਾਨ ਸ਼ਹੀਦ ਹੋਇਆ, ਉਹਦੇ ਵਿੱਚ ਕਿਹੜੇ ਕਿਹੜੇ ਸੀ? ਮਤਲਬ ਤੁਹਾਡੇ ਵਾਲਦ ਸੀ, ਵਾਲਦਾ ਸੀ, ਭੈਣ ਭਾਈ ਸੀ, ਸਾਰੇ ਸ਼ਹੀਦ ਹੋ ਗਏ? ਅੱਛਾ ਬਜ਼ੁਰਗੋ, ਇੱਕ ਮਤਲਬ ਕਿ ਜਦੋਂ ਜਿਹੜੇ ਸ਼ਹੀਦ ਹੋ ਜਾਣ, ਤੇ ਉਹ ਫਿਰ ਜਦੋਂ ਤੁਹਾਨੂੰ ਯਾਦ ਆਉਂਦਾ ਹੋਊਗਾ, ਦੁੱਖ ਤਾਂ ਬੜਾ ਹੁੰਦਾ ਨਾ? ਸਾਰੀ ਰਾਤ ਨੀਂਦ ਨਹੀਂ ਆਈ। ਅੱਛਾ 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 ਬਜ਼ੁਰਗੋ, ਜਿਹੜਾ ਪਿੰਡ ਸੀ ਤੁਹਾਡਾ, ਬੰਦਾ ਜਿੱਥੇ ਜੰਮਿਆ ਪਲਿਆ ਹੋਵੇ, ਉਹ ਬੰਦੇ ਨੂੰ ਬੜਾ ਪਿਆਰ ਹੁੰਦਾ, ਅੱਜ ਵੀ ਉਹ ਪਿੰਡ ਯਾਦ ਆਉਂਦਾ? ਹਾਂਜੀ। ਅਗਰ ਤੁਹਾਨੂੰ ਗੌਰਮੈਂਟ ਕਹੇ ਕਿ ਤੁਸੀਂ ਹੁਣ ਜਾਣਾ ਉੱਥੇ, ਤੁਹਾਨੂੰ ਦਿਖਾ ਕੇ ਆਉਂਦੇ ਆ, ਪਿੰਡ ਆਪਣਾ ਪਛਾਣ ਲਓਗੇ? ਹਾਂ, ਇੱਕ ਗਲੀ ਯਾਦ ਆ। ਹਾਂ, ਅੱਛਾ, ਉੱਥੇ ਬਜ਼ੁਰਗੋ ਤੁਸੀਂ ਕੀ ਕੰਮ ਕਰਦੇ ਸੀ? ਮਤਲਬ ਇਹ ਡੰਗਰ ਪਸ਼ੂ ਚਾਰਦੇ। ਅੱਛਾ, ਮੱਝਾਂ ਚਾਰਨੀ। ਤੇ ਇਹ ਇਹ ਦੱਸੋ, ਉੱਥੇ ਫਿਰ ਮਤਲਬ ਕਿ ਤੁਸੀਂ ਖੇਲਾਂ ਕਿਹੜੀਆਂ ਖੇਡਦੇ ਹੁੰਦੇ ਸੀ ਉਸ ਦੌਰ ਦੇ ਵਿੱਚ? ਤੁਸੀਂ ਨਿੱਕੇ ਹੋਣੇ ਨਾ? ਨਿੱਕੇ। ਹਾਂ, ਕੀ ਖੇਲਦੇ ਹੁੰਦੇ ਸੀ ਉੱਥੇ? ਕੀ ਖੇਲਾਂ ਜੀ, ਪਿੰਡੋ ਜੀ ਖੇਡ ਲੈਣੀ। ਅੱਛਾ, ਕਮੋਦੇ ਨਾ ਹਜ਼ਾਰਾਂ ਬੰਦਾ ਸੀ, ਫਿਰ ਆ ਗਿਆ ਪਤਾ ਲੱਗਿਆ। ਨਹੀਂ ਬਾਬਾ ਜੀ, ਚੂੜੀ ਤੁਹਾਨੂੰ ਕਿੱਥੋਂ ਲੈ ਗਈ ਸੀ? ਮੈਂ ਆ ਗਿਆ ਕਮਰੇ ਵੀ। ਲੁੱਟ ਮਾਰ ਕਰਦੇ ਸੀ, ਮਗਰ ਤੂੰ ਮੈਨੂੰ ਲੈ ਗਿਆ, ਭੁੱਖਾ ਨਾ ਮਰਦੇ, ਉਹ ਲੈ ਗਿਆ। ਫਿਰ ਪਤਾ ਲੱਗਿਆ ਦੂਰ ਚਾਚਾ ਦਾ ਵੀ ਉਹ ਮਲੇਰ ਕੋਲ, ਉਹ ਹਾਲੇ ਵੀ ਰਿਆਸਤ ਬੈਠੀ ਹੈ 85 ਪਿੰਡ ਚ ਆਪਣਾ। ਫਿਰ ਮੈਨੂੰ ਉਹਨੂੰ ਪਤਾ ਲੱਗਿਆ, ਰਾਤ ਰਾਤ ਆਇਆ, ਫਿਰ ਮੈਨੂੰ ਰਾਤ ਰਾਤ ਵਾਪਸ ਲੈ ਗਈ ਕੈਂਪ। ਮੈਂ ਆ ਗਿਆ ਨਾ ਬੜੇ ਗਰਾਂ। ਹੋਰ ਕਿਉਂ? ਵੀ ਮੈਂ ਭੁੱਖਾ ਮਰ ਗਿਆ ਕੰਮ ਚ ਕੇ। ਅੱਛਾ ਅੱਛਾ, ਉਹ ਮੱਕੀ ਦੇ ਗੁੱਲੇ ਕੱਬਾ ਹੁਣ ਆਈ ਵੀ। ਫਿਰ ਮੈਂ ਇਹ ਨਾ ਪਤਾ ਜੇ ਪਾਕਿਸਤਾਨ ਬਣੂਗਾ ਕੀ ਬਣੂ। ਚੂੜੀ ਫਿਰ ਤੁਹਾਨੂੰ ਕਿਤੇ ਨਹੀਂ ਰੱਖਿਆ? ਉਹਨੇ ਕੋਈ ਦੱਸ ਕੇ ਦੇ। ਫਿਰ ਵਾਪਸ ਛੋੜ ਗਈ ਤੈਨੂੰ ਕੈਮ ਨਾ? ਨਾ, ਫਿਰ ਮੇਰੇ ਚਾਚੇ ਨੂੰ ਪਤਾ ਲੱਗ ਗਈ। ਅੱਛਾ, ਉਹ ਜਿਹੜੇ ਲੰਘਾ ਮੈਂ। ਅੱਛਾ, ਉਹਨੂੰ ਕੀ ਨਾਮ ਉਸਦਾ? ਮਲਕ। ਮਲਕ, ਉਹਨੂੰ ਪਤਾ ਲੱਗਿਆ
ਉਹਨੇ ਫਿਰ ਮੇਰੀ ਬੁੱਪੀ ਲੱਭ ਲਿਆ ਵੀ ਛੋੜ, ਫਿਰ ਅਸੀਂ ਟੁੱਟ ਕੇ ਆਏ ਬਾਈ ਸਿੰਘ ਲੰਬੀਆਂ ਚੌਂਕੀਆਂ। ਅੱਛਾ ਅੱਛਾ, ਸਿੱਖ ਮੁੜ ਗਏ, ਉਹ ਘਰੇ ਆ ਗਿਆ, ਮੈਂ ਆਪਣਾ ਚੱਲ ਗਿਆ। ਹਾਂ, ਜ਼ਰੂਰ ਹੈ, ਇੱਥੇ ਮੇਰਾ ਆਉਂਦੀ ਹੁੰਦੀ ਸੀ, ਬਸ ਉਹਦੇ ਛੱਡੇ 8 ਦਿਨ ਉਹਨੇ, ਉਹਦਾ ਮੁੱਕ ਗਿਆ ਵਿਚਾਰੀ ਦਾ ਮੁੱਕ। ਫਿਰ ਮੁੜ ਕੇ ਫਿਰ ਮੈਂ ਆ ਗਿਆ, ਫਿਰ ਆ ਕੇ ਫਿਰ ਮੈਨੂੰ ਕੌਣ ਲੈ ਗਿਆ ਜਦ ਤੇਰਾ ਭੱਲਾ ਮਾਰਿਆ? ਉਸ ਟਾਈਮ ਫਿਰ ਤੈਨੂੰ ਕੌਣ ਲੈ ਗਿਆ ਤਾ, ਯਾਨੀ ਕਿ ਕਿਹੜਾ ਗਿਆ ਤਾ? ਮਾਪੇ ਭਾਈ ਜਾਂਦਾ ਰਿਹਾ ਪੱਟੀ ਬੰਨ, ਉਹ ਮੇਰਾ ਚਾਚਾ ਭੱਜ ਗਿਆ। ਹਾਂ, ਮੇਰਾ ਚਾਚਾ ਦੀ ਅੰਮਾ ਫੜ ਕੇ ਬਾਹਰ ਲੈ ਗਈ। ਬਜ਼ੁਰਗੋ, ਤੁਸੀਂ ਆਪਣੇ ਪਿੰਡ ਦਾ ਨਾਂ ਦੁਬਾਰਾ ਦੱਸਿਓ। ਬੜਾ ਗਰਾਉਂਡ ਦੇਖ ਲਾ ਵੀ ਕਹਿੰਦੇ ਬਾਲਾ ਗਰਾਉਂਡ। ਹਾਂ, ਬੜਾ ਗਰਾਉਂਡ, ਬੜਾ ਗਰਾਉਂਡ। ਜੀ ਨਾਜ਼ਰੀਨ, ਅਗਰ ਉਸ ਪਿੰਡ ਦੇ ਵਿੱਚ ਕੋਈ ਵੀ ਤਲਕ ਰੱਖਣ ਵਾਲਾ ਤੇ ਸਾਡੇ ਨਾਲ ਲਾਜ਼ਮੀ ਤੌਰ ਤੇ ਰਾਬਤਾ ਕਰੋ। ਵਟਸਐਪ ਦਾ ਨੰਬਰ ਜਿਹੜਾ ਸਕਰੀਨ ਵਟਸਐਪ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ, ਤਾਂ ਕਿ ਅਸੀਂ ਬਜ਼ੁਰਗਾਂ ਨੂੰ ਉਹ ਪਿੰਡ ਦਿਖਾ ਸਕੀਏ ਕਿ ਅੱਜ ਉਹ ਪਿੰਡ ਕਿਸ ਹਾਲਤ ਦੇ ਵਿੱਚ। ਨਾਜ਼ਰੀਨ, ਇਸ ਵਕਤ ਜਿਹੜਾ ਹੈ ਅਸੀਂ ਜੋਧਪੁਰ ਤਹਿਸੀਲ ਕਬੀਰ ਵਾਲਾ ਡਿਸਟ੍ਰਿਕਟ ਖਾਨੇਵਾਲ ਦੇ ਵਿੱਚ ਮੌਜੂਦ ਹਾਂ। ਬਜ਼ੁਰਗੋ, ਹੁਣ ਇਸ ਪਿੰਡ ਦਾ ਨਾਂ ਕੀ ਹੈ ਪਾਕਿਸਤਾਨ ਦੇ ਵਿੱਚ ਜਿੱਥੇ ਆਪਾਂ ਬੈਠੇ ਹਾਂ? ਇਹ ਜੀ ਰਾਜਪੁਰ ਨਗਰ ਕਹਿੰਦੇ ਨਾਨਕਾਲੀ ਬਣੀ ਨਾਨਕ ਸਿੰਘ ਜੀ। ਅੱਛਾ, ਤੇ ਜੋਧਪੁਰ ਦੇ ਨਾਲ? ਹਾਂ, ਜੋਧਪੁਰ ਦੇ ਨਾਲ। ਜੀ ਨਾਜ਼ਰੀਨ, ਜਿਹੜੇ ਪਿੰਡ ਦੇ ਵਿੱਚ ਅਸੀਂ ਬੈਠੇ ਹਾਂ, ਰਾਜਪੂਤ ਨਗਰ ਨਾਨਕ ਵਾਲੀ ਜਿਹੜਾ ਪਹਿਲੇ ਇਹਨਾਂ ਨੂੰ ਕਹਿੰਦੇ ਸੀ, ਅਗਰ ਅਸੀਂ ਗੱਲ ਕਰੀਏ ਜੋਧਪੁਰ, ਜੋਧਪੁਰ ਦੇ ਬਿਲਕੁਲ ਨਜ਼ਦੀਕ ਹੈ ਤਹਿਸੀਲ ਕਬੀਰ ਵਾਲਾ ਡਿਸਟ੍ਰਿਕਟ ਖਾਨੇਵਾਲ, ਤੇ ਅੱਜ ਅਸੀਂ ਬਜ਼ੁਰਗਾਂ ਕੋਲ ਜਿਹੜੀ ਹੈ ਉਹਨਾਂ ਦੀ ਸਟੋਰੀ ਸੁਣੀ। ਬਜ਼ੁਰਗ ਵੈਸੇ ਕਾਫੀ ਉਮਰ ਦੇ ਹੋ ਗਏ ਨੇ, ਕੁਛ ਗੱਲਾਂ ਜਿਹੜੀਆਂ ਹੁਣ ਯਾਦ ਵੀ ਨਹੀਂ ਕਿਉਂਕਿ ਉਮਰ ਦਾ ਤਕਾਜ਼ਾ ਹੈ, ਅਤੇ ਕੁਛ ਇਹਨਾਂ ਦੀ ਸਟੋਰੀ ਇਸ ਕਿਸਮ ਦੀ ਦਰਦਨਾਕ ਹੈ ਕਿ ਜਿਨ੍ਹਾਂ ਦਾ ਖਾਨਦਾਨ ਉਹਨਾਂ ਦੇ ਅੱਖਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਵੇ, ਫਿਰ ਉਹ ਕਿਸ ਤਰ੍ਹਾਂ ਇੱਕ ਦੁੱਖ ਭਰੀ ਸਟੋਰੀ ਸੁਣਾ ਸਕਦੇ ਨੇ। ਅਤੇ ਤੁਸੀਂ ਕਮੈਂਟ ਕਰਕੇ ਲਾਜ਼ਮੀ ਦੱਸਣਾ ਕਿ ਅੱਜ ਦੀ ਸਟੋਰੀ ਤੁਹਾਨੂੰ ਕਿੱਦਾਂ ਲੱਗੀ। ਇਹਦੇ ਨਾਲ ਹੀ ਆਪਣੇ ਹੋਸਟ ਜ਼ਾਹਿਦ ਸਿੰਧੂ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਅੱਲਾਹ ਹਾਫਿਜ਼।